ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਹਲਕੇ ਤੋਂ ਗੁਰਪ੍ਰੀਤ ਸਿੰਘ ਜੀ ਪੀ ਪਹਿਲੀ ਵਾਰ MLA ਬਣੇ ਨੇ, ਵਿਧਾਨ ਸਭਾ ਪਹੁੰਚੇ। ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਇਹ ਰਾਜਨੀਤੀ 'ਚ ਕਿਵੇਂ ਆਏ ਔਰ ਕੀ ਇਹਨਾਂ ਦੇ ਪਲਾਨਸ ਹੈਗੇ ਆਪਣੀ ਕੰਸਟੀਟੂਐਂਸੀ ਨੂੰ ਲੈ ਕੇ, ਇਸ ਬਾਰੇ ਇਹਨਾਂ ਨਾਲ ਗੱਲ ਕਰਾਂਗੇ। ਗੁਰਪ੍ਰੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ newsnumber.com 'ਚ। ਜਿਵੇਂ ਕਿ ਮੈਨੂੰ ਪਤਾ ਤੁਸੀਂ ਬੜੀ ਨੋਰਮਲ ਫੈਮਿਲੀ ਤੋਂ ਆਏ ਹੋ, ਕੋਈ ਪਿਛੋਕੜ ਨਹੀਂ ਸੀਗਾ ਰਾਜਨੀਤੀ ਦਾ, ਔਰ ਕਿਵੇਂ ਤੁਸੀਂ ਪੋਲੀਟਿਕਸ 'ਚ ਆਏ ਪਹਿਲਾਂ ਜਾਣਨਾ ਚਾਹਾਂਗਾ। ਮੈਂ ਪਹਿਲਾਂ ਜਦੋਂ 10th ਰੋਪੜ ਤੋਂ ਕੀਤੀ, ਜਦੋਂ ਮੈਂ ਪਲੱਸ 1 ਲਈ ਇੱਥੇ ਚੰਡੀਗੜ੍ਹ ਆਇਆ ਗੌਰਮੈਂਟ ਕਾਲਜ 'ਤੇ ਐਡਮਿਸ਼ਨ ਲਈ, ਸਾਡੇ ਸਾਹਮਣੇ ਕਾਂਗਰਸ ਪਾਰਟੀ ਦਾ ਦਫ਼ਤਰ ਸੀ। ਉਦੋਂ ਪਾਰਟੀ ਦੇ ਪ੍ਰੈਜ਼ੀਡੈਂਟ ਸੀ ਸਰਦਾਰ ਬੇਅੰਤ ਸਿੰਘ। ਜਦੋਂ ਵੀ ਅਸੀਂ ਬਾਹਰ ਗੇਟ 'ਤੇ ਆਉਣਾ, ਸਾਨੂੰ ਇੱਕ ਲੱਗਣਾ ਵੀ ਬੇਅੰਤ ਸਿੰਘ ਦੇ ਜਾਂ ਦਫ਼ਤਰ ਸੀ, ਉਹਨਾਂ 'ਚ ਅਸੀਂ ਆਮ ਜਾਂਦੇ ਰਹਿੰਦੇ ਸੀਗੇ। ਇੱਕ ਇੰਟਰਸਟ ਸੀਗਾ ਜਿਵੇਂ ਉਹ ਲੋਕ ਸੇਵਾ ਕਰਦੇ ਨੇ, ਵੀ ਸਾਡਾ ਵੀ ਇਹ ਫਰਜ਼ ਉਹ ਸੀਗਾ ਵੀ ਆਪਾਂ ਵੀ ਪੋਲੀਟਿਕਸ ਆ ਕੇ ਇੱਕ ਸਹੀ ਮਿਹਨਤ 'ਤੇ ਲੋਕ ਸੇਵਾ ਕਰੀਏ। ਅਤੇ 88 'ਚ ਸ਼ੁਰੂ ਕੀਤਾ ਜੀ, ਅਤੇ ਵੱਖ ਵੱਖ ਉਹਦੇ ਯੂਥ ਕਾਂਗਰਸ 'ਚ ਵੀ ਰਿਹਾ, NSUI 'ਚ ਵੀ ਰਿਹਾ, ਅਤੇ ਬਲੋਕ ਪ੍ਰੈਜ਼ੀਡੈਂਟ ਰਿਹਾ 5 ਸਾਲ ਇੱਥੇ ਮੋਹਾਲੀ, ਐਜ਼ ਏ ਕੌਂਸਲਰ ਵੀ ਰਿਹਾ। ਸਾਡੇ ਵਾਰਡ ਸੀਗਾ, ਮੇਰੀ ਲੇਡੀ ਵਾਰਡ ਸੀਗਾ, ਐਜ਼ ਏ ਕੌਂਸਲਰ ਵੀ ਕੰਮ ਕੀਤਾ। ਵਾਈਸ ਪ੍ਰੈਜ਼ੀਡੈਂਟ ਰਿਹਾ ਪੰਜਾਬ ਦਾ, ਯੂਥ ਕਾਂਗਰਸ ਦਾ ਜਨਰਲ ਸੈਕਟਰੀ ਵੀ ਰਿਹਾ, ਵੱਖ ਵੱਖ ਅਹੁਦੇ 'ਤੇ ਕੰਮ ਕੀਤਾ ਯੂਥ ਕਾਂਗਰਸ। ਅਤੇ ਗੱਲ ਇੱਕ ਇਹ ਸੀਗਾ, ਚਲੋ ਕਈ ਵਾਰ ਕੀ ਹੁੰਦਾ ਵੀ ਜਿਹੜੀ ਪੋਲੀਟਿਕਸ ਆ ਵੱਡੇ ਪਰਿਵਾਰਾਂ ਦਾ ਹੁੰਦਾ ਵੀ ਵੱਡੇ ਪਰਿਵਾਰ ਦਾ ਹੀ ਬਣ ਸਕਦਾ, ਪਰ ਅਸੀਂ ਚਾਹੇ ਜਿੰਨੇ ਵੀ ਵੈਲਫੇਅਰ ਦੇ ਕੰਮ ਨੇ, ਅਸੀਂ ਚਾਹੇ ਉਹ ਮੈਡੀਕਲ ਕੈਂਪ ਹੋਣ, ਚਾਹੇ ਕਿਸੇ ਗਰੀਬ ਦਾ ਸ਼ਾਦੀ ਕਰਨੀ, ਕਿਸੇ ਦਾ ਕੁਛ ਕਰ, ਮਤਲਬ ਕਈ ਕੰਮਾਂ 'ਚ ਆਪਾਂ ਵੱਧ ਚੜ੍ਹ ਕੇ ਹਿੱਸਾ ਲੈਂਦਾ, ਚਾਹੇ ਬਲੱਡ ਕੈਂਪ ਲਾਉਣੇ ਜਾਂ ਕਿਸੇ ਨੂੰ ਖੂਨਦਾਨ, ਉਹ ਵੱਧ ਤੋਂ ਵੱਧ ਆਪਣਾ ਇਹ ਕੰਮ ਕਰਦੇ ਨੇ। ਤੁਸੀਂ ਗੱਲ ਕੀਤੀ ਕਿ ਵੱਡੀਆਂ ਫੈਮਲੀਆਂ ਦੀ ਸਿਆਸਤ ਹੁੰਦੀ ਹੈ, ਔਰ ਦੇਖਦੇ ਹਾਂ ਕਿ ਜੋ ਰਵਾਇਤੀ ਪਾਰਟੀਆਂ ਹੁੰਦੀਆਂ, ਚਾਹੇ ਉਹ ਅਕਾਲੀ ਦਲ ਹੈ ਜਾਂ ਕਾਂਗਰਸ ਪਾਰਟੀ ਹੈ ਜਾਂ ਹੋਰ ਕੋਈ ਪਾਰਟੀਜ਼ ਹੁੰਦੀਆਂ, ਉਹਨਾਂ ਦਾ ਆਮ ਤੌਰ 'ਤੇ ਦੇਖਿਆ ਜਾਂਦਾ ਕਿ ਪਰਿਵਾਰ ਨੂੰ ਹੀ ਟਿਕਟ ਮਿਲਦੀ ਹੈ, ਔਰ ਤੁਹਾਡਾ ਕੋਈ ਬੈਕਗਰਾਊਂਡ ਨਹੀਂ ਸੀ। ਕਿੰਨੀ ਐਡਵਾਂਟੇਜ ਜਾਂ ਡਿਸਐਡਵਾਂਟੇਜ ਰਹਿੰਦੀ ਹੈ ਜੇ ਤੁਸੀਂ ਬਿਲਕੁਲ ਪੋਲੀਟੀਕਲ ਬੈਕਗਰਾਊਂਡ ਨਾ ਹੋਵੇ? ਕਹਿੰਦਾ ਮਤਲਬ ਜਿਵੇਂ ਅੱਜ ਰਾਹੁਲ ਗਾਂਧੀ, ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ, ਕੈਪਟਨ ਅਮਰਿੰਦਰ ਸਿੰਘ ਨੇ ਫੈਸਲਾ ਕੀਤਾ ਵੀ ਜਿਹੜਾ ਵਾਕਈ ਕੰਮ ਕਰਨ ਵਾਲਾ, ਚਾਹੇ ਉਹ ਪੋਲੀਟੀਕਲ ਫੈਮਿਲੀ ਦਾ ਹੋਵੇ ਚਾਹੇ ਕਿਸੇ ਹੋਰ ਦਾ ਹੋਵੇ, ਪਰ ਜਿਹੜਾ ਵਾਕਈ ਕੰਮ ਕਰਨ ਵਾਲਾ ਜਾਂ ਲੋਕਾਂ 'ਚ ਰਹਿਣ ਵਾਲਾ, ਲੋਕਾਂ ਦੀ ਨਬਜ਼ ਜਾਣਦਾ ਹੋਵੇ ਵੀ ਸਾਡੇ ਹਲਕੇ 'ਚ ਕੀ ਹੋਣ ਵਾਲਾ ਜਾਂ ਲੋਕਾਂ ਦੇ ਕੰਮ ਕੀ ਹੋਣ ਵਾਲੇ ਆ, ਅਤੇ ਉਹ ਨਬਜ਼ ਜਿਹੜੇ ਸਹੀ ਮਿਹਨਤ 'ਚ ਜਿਹੜੇ ਕੰਮ ਕਰਨ ਲੋਕਾਂ ਜਾਣ ਵਾਲੇ ਸੀ, ਉਹਨਾਂ ਨੂੰ ਐਤਕੀ ਟਿਕਟਾਂ ਦਿੱਤੀਆਂ ਗਈਆਂ। ਜਿਹੜੇ ਕੰਮ ਸਹੀ ਮਿਹਨਤ 'ਚ ਪਿੰਡਾਂ ਜਾ ਕੇ ਪੁੱਛਦੇ ਨੇ ਵੀ ਕੀ ਪ੍ਰੋਬਲਮ ਨੇ, ਅਤੇ ਚਾਹੇ ਜੋਬ ਦੀ ਗੱਲ ਕਰ ਲਓ, ਹਰ ਪਿੰਡ 'ਚ ਨੌਜਵਾਨ ਕੋਈ ਗ੍ਰੈਜੂਏਟ ਕਰੀ ਫਿਰਦਾ, ਕਿਸੇ ਨੇ MBA ਵੀ ਕੀਤੀ ਹੈ, ਉਹ ਕੋਈ ਜੋਬ ਨਹੀਂ ਗਿਆ। ਸਾਡਾ ਮੇਨ ਏਜੰਡਾ ਐਤਕੀ ਸੀਗਾ, ਜਿਵੇਂ ਕੈਪਟਨ ਸਾਹਿਬ ਨੇ ਐਤਕੀ ਕੈਂਡੀਡੇਟ ਬੜੇ ਵੀ ਦਿੱਤੇ ਨੇ, ਅਤੇ ਕੈਪਟਨ ਸਾਹਿਬ ਨੇ ਜੋ ਗੱਲਾਂ ਕੀਤੀਆਂ ਜਾਂ ਸਰਕਾਰ 'ਚ ਵੀ ਮੈਨੀਫੈਸਟੋ 'ਚ ਆਇਆ ਸੀ ਵੀ ਆਪਾਂ ਹਰ ਘਰ 'ਚ ਨੌਕਰੀ ਦੇਵਾਂਗੇ, 5-5 ਮਰਲੇ ਦੇ ਪਲਾਟ ਦਿੱਤੇ ਜਾਣਗੇ ਗਰੀਬ ਬੰਦਿਆਂ ਨੂੰ, ਅਤੇ ਉਹ ਸਾਰੇ ਜਿਵੇਂ ਆਟਾ ਦਾਲ ਸਕੀਮ ਸੀਗੀ, ਅੱਜ ਅਸੀਂ ਹੁਣ ਜਦੋਂ ਮੈਂ ਹੁਣ MLA ਬਣਿਆ ਤਾਂ ਹਰ ਪਿੰਡ ਜਾ ਕੇ ਕਣਕ ਵੀ ਦੇ ਰਹੇ ਹਾਂ, ਹਾਲੇ ਦਾਲ ਚੀਨੀ ਨਹੀਂ ਦੇ ਰਹੇ, ਉਹ ਆਉਣ ਵਾਲੇ ਟਾਈਮ 'ਚ ਦੇਵਾਂਗੇ। ਉਹ ਕੈਪਟਨ ਸਾਹਿਬ ਆਪਣੇ ਵਾਅਦੇ 'ਤੇ ਪੂਰੇ ਕਾਇਮ ਨੇ, ਜਿਵੇਂ ਉਹਨਾਂ ਨੇ ਚੁਣੇ ਕੈਂਡੀਡੇਟ ਚੁਣੇ ਨੇ, ਜਿਵੇਂ MLA ਬਣੇ ਆ ਚੰਗੇ, ਐਤਕੀ ਉਹ ਕੰਮ ਕਰਨ ਦੀ ਸਮਰੱਥਾ ਹੈਗੀ ਉਹ ਲੜਕੇ। ਇੱਕ ਸਰਵੇ ਹੋਇਆ, ਅੱਜ ਉਹਦੀਆਂ ਰਿਪੋਰਟਸ ਆਈਆਂ ਨੇ ਕਿ ਸਰਕਾਰ ਨੇ ਸਰਵੇ ਕਰਾਇਆ ਸੀਗਾ, ਜਿਹੜਾ ਆਟਾ ਦਾਲ ਦੀ ਸਕੀਮ ਹੈ ਜਿਹੜਾ ਗਰੀਬਾਂ ਲਈ ਸੀਗਾ, ਉਹ ਪਿਛਲੀ ਸਰਕਾਰ ਨੇ ਇਹੋ ਜਿਹਾ ਮਾਹੌਲ ਬਣਾਇਆ ਸੀ ਕਿ ਅਮੀਰ ਲੋਕ ਜਿਹੜੇ ਆ ਉਹ ਸਬਸਿਡੀ ਖਾ ਰਹੇ ਸੀ। ਤੁਹਾਡੀ ਸਰਕਾਰ ਦੀ ਪਹਿਲ ਹੋਏਗੀ ਕਿ ਲੋਕ ਜਿਹੜੇ ਆ ਜਿਹੜੇ ਫ੍ਰੀ ਦੀ ਸਬਸਿਡੀ ਖਾ ਰਹੇ ਉਹਨਾਂ ਨੂੰ ਰੋਕਿਆ ਜਾਵੇ? ਜਿਹੜੀ ਫ੍ਰੀ ਦੀ ਸਬਸਿਡੀ ਖਾ ਰਹੇ ਨੂੰ ਤਾਂ ਰੋਕ, ਉਹ ਤਾਂ ਸਾਡੀ ਸਰਕਾਰ ਰੋਕ ਹੀ ਰਹੀ ਆ। ਜਿਹੜੇ ਵਾਕਈ ਲੋੜਵੰਦ ਹੈ, ਜਿਹਨਾਂ ਨੂੰ ਵਾਕਈ ਲੋੜ ਸੀਗੀ, ਜਿਹਨਾਂ ਨੂੰ ਕੋਈ ਜਾਂ ਇਨਕਮ ਸੋਰਸ ਨਹੀਂ ਗਏ, ਵਾਕਈ ਲੋੜ, ਉਹਨਾਂ ਨੂੰ ਸਾਰੀ ਚੀਜ਼ਾਂ ਪਹੁੰਚਾਵਾਂਗੇ। ਜਿਵੇਂ ਕੱਚੇ ਮਕਾਨਾਂ ਦੀ ਗੱਲ ਸੀ, ਪਹਿਲਾਂ ਕੀ ਹੁੰਦਾ ਜਿਹੜਾ ਚੇਤਾ ਸੀਗਾ ਉਹਨਾਂ ਨੂੰ ਕੱਚੇ ਮਕਾਨਾਂ ਲਈ ਪੈਸੇ ਮਿਲ ਜਾਂਦੇ ਸੀ, ਹੁਣ ਅਸੀਂ ਬੁਲਾ ਕੇ ਚਾਹੇ ਵੀਡੀਓ ਪੱਧਰ ਚਾਹੇ DDP ਪੱਧਰ ਨੂੰ ਬੁਲਾ ਕੇ ਇਹ ਗੱਲ ਕੀਤੀਆਂ ਵੀ ਤੁਸੀਂ ਡੋਰ ਟੂ ਡੋਰ ਜਾ ਕੇ ਪਤਾ ਕਰੋ ਵਾਕਈ ਕਿਹੜਾ ਲੋੜਵੰਦ ਹੈ। ਜਿਹੜਾ ਲੋੜਵੰਦ ਹੋਊਗਾ ਉਹਨੂੰ ਇਹ ਕੱਚੇ ਮਕਾਨਾਂ ਲਈ ਪੈਸੇ ਮਿਲਣਗੇ। ਜਿਹੜੇ ਆਟਾ ਦਾਲ ਸਕੀਮ ਦੀ ਗੱਲ ਹੈ, ਜਿਹੜਾ ਵਾਕਈ ਲੋੜਵੰਦ ਹੈ ਸਹੀ ਮਿਹਨਤ 'ਚ, ਇਹ ਉਹਨਾਂ ਨੂੰ ਦਿੱਤੀ ਜਾਊਗੀ। ਤੁਹਾਡੀ ਸਰਕਾਰ ਦੀ GPG 100 ਦਿਨ ਤੋਂ ਜ਼ਿਆਦਾ ਹੋ ਗਏ ਆ, ਔਰ ਬੜਾ ਵੱਡਾ ਮੈਂਡੇਟ ਮਿਲਿਆ ਤੁਹਾਨੂੰ, ਪਹਿਲੀ ਵਾਰ ਕਾਂਗਰਸ ਨੂੰ ਸ਼ਾਇਦ ਇੰਨੀਆਂ ਸੀਟਾਂ ਮਿਲੀਆਂ ਨੇ, ਪਹਿਲੇ 100 ਦਿਨ ਦੀ ਪਰਫੋਰਮੈਂਸ ਕਿਵੇਂ ਦੇਖਦੇ ਹੋ? ਜੋ ਲੋਕਾਂ ਨਾਲ ਤੁਸੀਂ ਵਾਅਦੇ ਕੀਤੇ ਆ ਉਹ ਪੂਰੇ ਕਰ ਪਾ ਰਹੇ ਹੋ? ਪਹਿਲੇ 100 ਦਿਨ 'ਚ ਕਈ ਇੱਕਰੀ ਅਤੇ 5 ਸਾਲ ਦਾ ਰਾਜ ਮਿਲਿਆ, ਹੌਲੀ ਹੌਲੀ ਵਾਅਦੇ ਜਿਹੜੇ ਹੈਗੇ ਆ ਉਹ ਸਾਰੇ ਪੂਰੇ ਕਰਾਂਗੇ। ਕਿਉਂਕਿ ਬਾਕੀ ਪਹਿਲਾਂ ਇਹ ਬੱਸਾਂ ਬੜੀਆਂ ਨਜਾਇਜ਼ ਚੱਲਦੀਆਂ ਸੀਗੀਆਂ, ਉਹ ਵੀ ਬੰਦ ਕੀਤੀਆਂ ਨੇ, 1000 ਕਰੀਬ ਦੇ ਫਿਰ ਨਜਾਇਜ਼ ਪਰਮਿਟ ਸੀਗੇ ਜਿਹਦੇ ਇੱਕ ਪਰਮਿਟ 'ਤੇ
15-15, 10-10 ਬੱਸਾਂ ਚੱਲਦੀਆਂ ਸੀ, 8-8 ਬੱਸਾਂ ਚੱਲਦੀਆਂ ਸੀਗੀਆਂ। ਕਹਿਣ ਦਾ ਮਤਲਬ ਉਹ ਵੀ ਬੰਦ ਕੀਤੇ, ਉਹਦੇ ਨਾਲ ਵੀ ਆਪਾਂ ਨੂੰ ਰੈਵਨਿਊ ਆਊਗਾ ਪੰਜਾਬ ਸਰਕਾਰ ਨੂੰ, ਜੇ ਰੈਵਨਿਊ ਆਊਗਾ ਤਾਂ ਹੀ ਆਪਾਂ ਨੌਕਰੀਆਂ ਦੇ ਸਕਾਂਗੇ। ਨਸ਼ਾ ਬਹੁਤ ਵੱਡਾ ਮੁੱਦਾ ਸੀ ਇਸ ਇਲੈਕਸ਼ਨ ਵਿੱਚ, ਔਰ ਕਰੀਬ ਕਰੀਬ ਹਰ ਹਲਕੇ ਵਿੱਚ ਹੀ ਇਹ ਮੰਗ ਸੀ ਕਿ ਜੇ ਨਸ਼ਾ ਮਿਲ ਰਿਹਾ ਉਹਨੂੰ ਰੋਕਿਆ ਜਾਵੇ, ਅਤੇ ਸਰਕਾਰ ਦਾ ਦਾਅਵਾ ਕਿ ਅਸੀਂ 80% ਦਾ ਕਾਬੂ ਪਾ ਲਿਆ। ਤੁਹਾਡੇ ਹਲਕੇ ਦਾ ਇਹ ਬਿਲਕੁਲ ਠੀਕ ਗੱਲ ਹੈ ਜੀ, ਕਿਉਂਕਿ ਜੇ ਸਾਡੇ ਐਸਟੀਐਫ ਦੇ ਬਣੇ ਨੇ ਹੈੱਡ ਆਈ ਜੀ, ਉਹ ਬੜੇ ਸਖਤ ਨੇ, ਅਤੇ ਐਕਚੁਲੀ ਪਹਿਲਾਂ ਲੀਡਰਸ਼ਿਪ ਦੀ ਬੜੀ ਇਨਵੋਲਵਮੈਂਟ ਹੁੰਦੀ ਸੀਗੀ, ਹੁਣ ਕੋਈ ਲੀਡਰ ਦੀ ਇਨਵੋਲਵਮੈਂਟ ਨਹੀਂ। ਸਾਡੇ ਵੀ ਜਦੋਂ ਪਹਿਲਾਂ ਜਦੋਂ ਇਹਦੀ ਐਕਟੀਵਿਟੀ ਸ਼ੁਰੂ ਕੀਤੀ ਹੈ ਤਾਂ ਉਹਦੇ ਵਿੱਚ ਕੀ ਹੁੰਦਾ ਸੀਗਾ, ਜਿਹੜੇ ਸਾਨੂੰ ਆਮ ਨੌਜਵਾਨ ਕੋਈ ਇੰਜੈਕਸ਼ਨ ਲਾਉਂਦਾ ਦਿਖ ਜਾਂਦਾ ਸੀਗਾ, ਕੋਈ ਨਹਿਰ ਦੇ ਕੰਢੇ, ਕੋਈ ਕੁਛ ਹੁੰਦਾ। ਹੁਣ ਸਾਨੂੰ, ਅਸੀਂ ਹੁਣ ਵੀ ਜਾਂਦੇ ਪਿੰਡਾਂ ਪੁੰਡਾਂ 'ਚ, ਅਤੇ ਹੁਣ ਸਾਨੂੰ ਕੋਈ ਇੱਦਾਂ ਦੀ ਚੀਜ਼ ਨਜ਼ਰ ਨਹੀਂ ਆਉਂਦੀ। ਬਹੁਤ ਘੱਟ ਕਰਕੇ ਪਿੰਡ ਜਾਂਦੇ ਹਾਂ ਵੀ ਜਿਹੜੇ ਨੌਜਵਾਨ ਨਸ਼ਾ ਕਰਦੇ ਸੀ ਤਾਂ ਉਹ ਛੱਡ ਚੁੱਕੇ ਨੇ, ਅਤੇ ਉਹਨਾਂ ਦੇ ਜਿਹੜੇ ਰਿਲੇਟਿਵ ਇਕੱਠੇ ਹੋ ਗਏ ਉਹਨਾਂ ਨੇ, ਕਈ ਵਾਰੀ ਉਹਨੂੰ ਜਿਹੜਾ ਬੱਚਾ ਕਰਦਾ ਸੀ ਉਹਨੂੰ ਬੰਨ ਕੇ ਮੰਜੇ 'ਤੇ ਬੰਨ ਕੇ ਜਾਂ ਉਹਨੂੰ ਕੋਈ ਉਹ ਦੇ ਕੇ ਮੈਡੀਸਨ ਦੇ ਕੇ ਦਿੱਤੀ, ਉਹਨਾਂ ਦਾ ਇਲਾਜ ਵੀ ਕਰਾਇਆ ਜਾ ਰਿਹਾ, ਅਤੇ ਬਹੁਤ ਹੱਦ ਤੱਕ ਆਪਣੇ ਪੰਜਾਬ 'ਚ ਨਸ਼ੇ 'ਤੇ ਕਾਬੂ ਪਾਇਆ ਗਿਆ। ਤੁਹਾਡੇ ਹਲਕੇ ਦੀ ਗੱਲ ਕਰੀਏ ਤਾਂ ਇਸ ਵਾਰ ਆਮ ਆਦਮੀ ਪਾਰਟੀ ਦੇ ਵੀ ਕੈਂਡੀਡੇਟ ਸੀਗੇ, ਔਰ ਇੱਕ ਨਵੀਂ ਪਾਰਟੀ ਸੀ, ਔਰ ਇੱਕ ਨਵੇਂ ਤਰੀਕੇ ਨਾਲ ਇਲੈਕਸ਼ਨ ਲੜੀ ਗਈ, ਸੋਸ਼ਲ ਮੀਡੀਆ ਦਾ ਬਹੁਤ ਵੱਡਾ ਇਸ ਰੋਲ ਸੀਗਾ ਇਸ ਇਲੈਕਸ਼ਨ ਦੇ ਵਿੱਚ। ਕਿੰਨਾ ਡਿਫੀਕਲਟ ਸੀਗਾ, ਪਿਛਲੀ ਵਾਰ ਤੁਸੀਂ ਇਲੈਕਸ਼ਨ ਲੜੀ ਔਰ ਇਸ ਵਾਰ ਵੀ ਲੜੀ ਹੈ, ਕਿੰਨਾ ਡਿਫੀਕਲਟ ਸੀ ਇਸ ਵਾਰ ਇਲੈਕਸ਼ਨ? ਐਤਕੀ ਬਹੁਤ ਡਿਫੀਕਲਟ ਇਲੈਕਸ਼ਨ ਸੀ, ਬਹੁਤ ਜ਼ਿਆਦਾ, ਐਡੀ ਮਿਹਨਤ ਕਰਨੀ ਪਈ ਹੈ ਕਿਉਂਕਿ ਲੋਕਾਂ ਦਾ ਆਪਦਾ ਬੜਾ ਸੀਗਾ, ਅਤੇ ਕਾਂਗਰਸ ਸਹੀ ਮਿਹਨਤ 'ਚ, ਕੈਪਟਨ ਅਮਰਿੰਦਰ ਸਿੰਘ ਨੇ 2002 ਤੋਂ ਲੈ ਕੇ 2007 ਤੱਕ ਰਾਜ ਕੀਤਾ, ਅਤੇ ਲੋਕ ਉਹਨਾਂ ਦੇ ਕੰਮ ਦਾ ਸੈਟਿਸਫਾਈਡ ਸੀਗੇ, ਕਿਉਂ ਅੱਜ ਜਿਹੜਾ ਚਿਹਰਾ ਸੀ ਓਨਲੀ ਫੋਰ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਕੋਲ ਵਧੀਆ ਚਿਹਰਾ ਸੀਗਾ, ਉਹਨਾਂ ਦਾ ਕੀਤਾ ਹੋਇਆ ਕੰਮ ਲੋਕਾਂ ਨੇ ਪਸੰਦ ਕੀਤਾ, ਤਾਂ ਹੀ ਐਤਕੀ ਆਪਾਂ ਨੂੰ 2002-2017 'ਚ ਜਿਹੜਾ ਮੌਕਾ ਦਿੱਤਾ ਉਹ ਕੈਪਟਨ ਅਮਰਿੰਦਰ ਸਿੰਘ ਕਰਕੇ ਕਾਂਗਰਸ ਪਾਰਟੀ ਨੂੰ ਮੌਕਾ ਦਿੱਤਾ, ਕਿ ਤਾਂ ਕਿ ਜਿਵੇਂ ਉਹ ਸੂਬਾ ਇੱਕ ਨੰਬਰ 'ਤੇ ਸੂਬਾ ਸੀ ਉਦੋਂ 2002 ਤੋਂ ਲੈ ਕੇ 2007 ਤੱਕ ਸੂਬਾ ਇੱਕ ਨੰਬਰ, ਅੱਜ ਆਪਾਂ ਬਹੁਤ ਪਿੱਛੇ ਚਲੇ ਗਏ ਸੀ, ਲੋਕਾਂ ਨੇ ਭਰੋਸਾ ਕੀਤਾ ਤਾਂ ਹੀ ਵੋਟ ਕਾਂਗਰਸ ਨੂੰ ਪਾਈ ਹੈ, ਵੀ ਅਸੀਂ ਹੁਣ ਪੰਜਾਬ ਨੂੰ ਚੰਗੇ ਦਿਨ ਲੈ ਕੇ ਆਉਣੇ ਹਾਂ, ਉਹ ਤਾਂ ਹੀ ਕੈਪਟਨ ਅਮਰਿੰਦਰ ਸਿੰਘ ਭਰੋਸਾ ਰੱਖਿਆ। ਤੁਹਾਡੇ ਹਲਕੇ ਦੀ ਗੱਲ ਕਰੀਏ ਤਾਂ ਬੱਸੀ ਪਠਾਣੇ ਦੀਆਂ ਕੀ ਮੁਸ਼ਕਲਾਂ ਹੈਗੀਆਂ ਨੇ, ਔਰ ਕੀ ਤੁਹਾਡੇ ਕੋਲ ਬਲੂ ਪ੍ਰਿੰਟ ਹੈ ਕਿ ਅਗਲੇ 5 ਸਾਲ ਆਪਣੇ ਹਲਕੇ 'ਚ ਕੀ ਤੁਸੀਂ ਕਰਨ ਵਾਲੇ ਹੋ? ਸਾਡੇ ਮੁਸ਼ਕਲਾਂ ਕਿ ਸਾਡੇ ਮੇਨ ਹਲਕਾ ਇੱਕ ਬੱਸੀ ਪਠਾਣਾ ਪੈਂਦਾ ਜੀ, ਇੱਕ ਖਮਾਣੋ ਹੈ, ਉਹ ਬੜੀ ਵੱਡੀ ਸੀਵਰੇਜ ਦੀ ਸਮੱਸਿਆ ਹੈਗੀ ਹੈ। ਬੱਸੀ ਤਾਂ ਆਲਰੇਡੀ ਸੀਵਰੇਜ ਦਾ ਕੰਮ ਸ਼ੁਰੂ ਹੋਇਆ ਵਾ, 60% ਦੇ ਕਰੀਬ ਹੋ ਗਿਆ, ਉਹ ਦਸੰਬਰ ਤੋਂ ਕੰਪਲੀਟ ਹੋ ਜੂਗਾ। ਬਾਕੀ ਜਿਹੜਾ ਖਮਾਣੋ ਸਿਟੀ ਹੈ ਉੱਥੇ ਬਹੁਤ ਵੱਡੀ ਸੀਵਰੇਜ ਦੀ ਸਮੱਸਿਆ ਹੈਗੀ ਹੈ, ਉਹ ਵੀ ਅਸੀਂ ਜਲਦੀ ਮੰਤਰੀ ਜੀ ਨਾਲ ਗੱਲ ਹੋਈ ਸੀ, ਹਲੇ ਕਈ ਇਕਨੋਮਿਕਲੀ ਪੋਜੀਸ਼ਨ ਵਾਲੀ ਪੰਜਾਬ ਦੀ ਚੰਗੀ ਨਹੀਂ, ਜਦੋਂ ਵੀ ਪੈਸੇ ਆਉਣਗੇ ਪੰਜਾਬ 'ਚ ਹੌਲੀ ਹੌਲੀ ਕੰਮ ਆਪਣਾ ਸ਼ੁਰੂ ਹੋ ਜੂਗਾ। ਬਾਕੀ ਗੱਲ ਇਹ ਹੈ ਜੇ ਜੋਬ ਦੀ ਗੱਲ ਕਰਦੇ ਹਾਂ ਆਪਾਂ, ਜੋਬ ਦੀ ਬਹੁਤ ਲੋੜ ਹੈ ਪੰਜਾਬ, ਜੇ ਨੌਜਵਾਨ ਬਹੁਤ ਪੜ੍ਹੇ ਲਿਖੇ ਫਿਰਦੇ ਆ, ਸਾਡੀ ਇਹ ਵੀ ਜਿਹੜਾ ਵੀ ਕੋਈ ਸਾਡੇ ਆਉਂਦੀ ਇੰਡਸਟਰੀ ਆਉਂਦੀ ਹੈ ਜਾਂ ਕੋਈ ਵੇਅਰ ਹਾਊਸ ਖੁੱਲ੍ਹਦਾ, ਉਹਨਾਂ ਨੂੰ ਅਸੀਂ ਇਹੀ ਰਿਕੁਐਸਟ ਕਰਦੇ ਹਾਂ ਵੀ ਸਾਡੇ ਹਲਕੇ ਦੇ ਬੰਦੇ ਵੱਧ ਤੋਂ ਵੱਧ ਇੱਥੇ ਲੱਗਣ। ਕਈ ਕੋਈ ਵਿਚਾਰਾ 10ਵੀਂ ਪਾਸ ਹੈ ਜਿਹਦੇ ਘਰ ਰੋਟੀ ਨਹੀਂ ਬਣਦੀ, ਸਾਡੀ ਮੇਨ ਉਹ ਪ੍ਰਾਇਓਰਟੀ ਇਹ ਹੈ ਵੀ ਉਹਦੇ ਘਰ ਵਿਚਾਰੇ ਰੋਟੀ ਬਣਨੀ ਸ਼ੁਰੂ ਹੋ ਜਾਏ, ਚਾਹੇ 8,000 ਚਾਹੇ 10,000 ਤੇ ਉਹਨੂੰ ਪ੍ਰਾਈਵੇਟ ਆਪਾਂ ਲਵਾਉਂਦੇ ਹਾਂ ਵੀ ਕਿਤੇ ਨਾ ਕਿਤੇ ਵਿਚਾਰਾ ਉਹਦਾ ਰੁਜ਼ਗਾਰ ਦਾ ਸਾਧਨ ਬਣੇ ਅਤੇ ਉਹ ਆਪਦਾ ਘਰ ਵਧੀਆ ਚਲਾ ਸਕੇ। ਹੋਰ ਤੁਸੀਂ ਆਪਣੇ ਇਲਾਕੇ ਲਈ ਕੀ ਕਰਨ ਵਾਲੇ ਹੋ, ਕਾਲਜਿਸ ਜਾਂ ਹੋਸਪਿਟਲਸ ਨੂੰ ਲੈ ਕੇ ਕੁਝ ਪਹਿਲ ਕਰ? ਮੈਂ ਆਪਣਾ ਸਾਡੇ ਰੋਸਾ ਵੱਲੋਂ 2 ਕਾਲਜ ਖੁੱਲ੍ਹੇ ਆ ਅਤੇ 5 ਹੋ ਗਏ, 11 ਪੰਜਾਬ 'ਚ ਖੁੱਲ੍ਹੇ ਨੇ, 2 ਆਪਾਂ ਨੂੰ ਮਿਲੇ ਨੇ, ਇੱਕ ਖਵਾਣੋ ਲਈ ਮਿਲਿਆ ਅਤੇ ਇੱਕ ਬੱਸੀ ਲਈ ਮਿਲਿਆ, ਅਤੇ ਉਹ ਵੀ ਜਲਦੀ ਜਾਂ ਨੈਕਸਟ ਈਅਰ ਕਲਾਸਾਂ ਸ਼ੁਰੂ ਹੋ ਜਾਣਗੀਆਂ। ਐਤਕੀ ਲੱਗਣੇ ਐਤਕੀ ਬਿਲਡਿੰਗ ਦੀ ਪ੍ਰੋਬਲਮ ਸੀਗੀ, ਅਤੇ ਨੈਕਸਟ ਈਅਰ ਸ਼ੁਰੂ ਹੋ ਜਾਣਗੇ ਕਾਲਜ। ਮੈਂ ITI ਲਿਆਉਣ ਦੀ ਵੀ ਕੋਸ਼ਿਸ਼ ਕਰ ਰਿਹਾ, ਬੱਸੀ ਪਠਾਣਾ ਦਾ ਆਲਰੇਡੀ ITI ਹੈਗੀ ਹੈ ਅਤੇ ਖਮਾਣੋ ਬਲੋਕ 'ਚ ਵੀ ITI ਆਪਾਂ ਖੁੱਲ੍ਹਣੇ ਹੋਇਆ, ਵੱਧ ਤੋਂ ਵੱਧ ਇੱਥੇ ਮੈਂ ਕਹਿੰਦਾ 2-2.5 ਸਾਲ ਦੇ ਵਿੱਚ ਆਪਾਂ ਕੋਈ ਨਾ ਕੋਈ ਵਧੀਆ ਇੰਡਸਟਰੀ ਲੈ ਕੇ ਆਵਾਂਗੇ, ਜਾਂ ਕਿ ਜਿਹੜੇ ਨੌਜਵਾਨ ਸਾਡੀਆਂ ਉਹ ਉੱਥੇ ਲੱਗ ਸਕਣ ਅਤੇ ਆਪਣਾ ਘਰ ਆਪਦਾ ਗੁਜ਼ਾਰਾ ਕਰ ਸਕਣ, ਵੀ ਉਹਨਾਂ ਨੂੰ ਰੁਜ਼ਗਾਰ ਮਿਲਿਆ ਜਾਵੇ ਪ੍ਰੋਪਰ, ਤਾਂ ਹੀ ਆਪਦਾ ਘਰ ਚਲਾ ਸਕਦੇ ਹੋ। ਜਿਵੇਂ ਜੀ ਤੁਹਾਡੀ ਸਰਕਾਰ ਨੇ ਬਜਟ ਸੈਸ਼ਨ ਸੀਗਾ ਔਰ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦੀ ਗੱਲ ਕੀਤੀ ਔਰ ਇਸ ਬਾਰੇ ਬੜੀ ਕਨਫਿਊਜ਼ਨ ਬਣੀ ਹੋਈ ਹੈ ਕਿ ਕਰਜ਼ਾ ਕਿੱਦਾਂ ਮਾਫ਼ ਹੋਏਗਾ ਕਿੱਦਾਂ ਨਹੀਂ ਹੋਏਗਾ, ਔਰ ਮੰਦਭਾਗੀ ਗੱਲ ਇਹ ਹੈ ਕਿ ਕਰਜ਼ਾ ਮਾਫ਼ ਹੋਣ ਦੇ ਬਾਵਜੂਦ ਕਿਸਾਨ ਜਿਹੜੇ ਰੋਜ਼ ਸੁਸਾਈਡ ਕਰ ਰਹੇ ਆ। ਐਕਚੁਅਲੀ ਕੀ ਹੈ ਜੀ, ਜਿਹੜਾ ਸੁਸਾਈਡ ਦਾ ਕਾਰਨ ਹੈ, ਹੁਣ ਜਦੋਂ ਸਰਕਾਰ ਬਣਦੀ ਹੈ ਤਾਂ ਕਈ ਚੀਜ਼ਾਂ ਹੌਲੀ ਹੌਲੀ ਹੁੰਦੀਆਂ ਨੇ, ਤਾਂ ਕੈਪਟਨ ਸਾਹਿਬ ਨੇ ਇਹ ਵੀ ਕਿਹਾ ਸੀ ਕਿ ਵੀ ਜਾ ਕੇ ਪਿੰਡ ਨੂੰ ਵੀ ਪਿੰਡਾਂ ਜਾ ਕੇ ਗੱਲ ਕਰੋ ਵੀ ਹੌਲੀ ਹੌਲੀ ਜਿਹੜਾ ਕਰਜ਼ਾ ਮਾਫ਼ ਜ਼ਰੂਰ ਹੋਊਗਾ, ਵੀ ਹਲੇ ਇਹ ਨਹੀਂ ਵੀ ਜਲਦੀ ਸਟੈਪ ਨਾ ਲਓ, ਜਿੱਥੇ ਆਪਾਂ
5-6 साल तो आप कर्जे तले दबे हुए हैं। हुण जिहड़ा टाइम आने वाला टाइम भी जल्दी उहदी बना के कमेटियां जो भी जिहड़ा करजा है जिवें 5 एकड़ का कोई 6 एकड़ का ठीक है ना जिहड़ा जिमी वो सारे कर्जे तो माफ़ होणगे जदों कैप्टन चीफ मिनिस्टर ने कहा साडे फाइनैंस मिनिस्टर ने कहा उन्होंने हले भरोसा रखना चाहिए हले मतलब 5-6 महीने तो वेट करनी चाहिए घटो। आम आदमी पार्टी का की फ्यूचर देखते हो पहली इलेक्शन लड़ी उन्होंने और पहली बार विरोधी धिर बन के उभरे है और लगता कि अगले 5 साल जिहड़ा उन्होंने सर्वाइव करना मुश्किल होएगा क्योंकि अकाली दल भी इस कोशिश में लगातार धरने लाए जा रहे हैं कि वापसी हो कि ना कि पंजाब की राजनीति। मेन गल ऐतकी बहुत बड़ा रौला सी आम पार्टी का बहुत बड़ा रौला सी क्योंकि ऐतकी जो ये कहें भी 100 सीटा आनगियां ऐतकी 22-23 सीटा दे सिमट के तो आने वाला टाइम उन्होंने लगता नहीं भविख होगा। जे कैप्टन अमरिंदर सिंह ने जिवें मुख्यमंत्री बने ने जे आप सही मैनेज पूरे काम किए लोगों के काम किए जब पंजाब में आप डेवलपमेंट से लेके चलिए डिवेलपमेंट पंजाब होगी तो लोग मेरे हिसाब से भुल जाएंगे जो कैप्टन साहब ने वादे किए ने वो सारे अपने वादे तो कायम ने वो सारे काम होने तो पार्टी में लोग मूँह नहीं लाएंगे। आम पार्टी अकाली दल कि देखते हो श्रोमणी अकाली दल ने धरनिया का दौर शुरू करता उन्होंने कहना है कि वनडेटा पॉलिटिक्स हो रही है कांग्रेस जी है उन्होंने जो वर्कर ने उन्होंने तशद्दुद कर रही है। नहीं 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 जी ये कैप्टन अमरिंदर सिंह की बड़ी बढ़िया सोच के मालिक ने कदे भी जदों उन्होंने पहला भी चीफ मिनिस्टर रहे कदे भी इदा का कोई होया नहीं भी अपना किसी की बदला की भावना रखी होदा का कोई है नहीं साढ़े हल्के देख लो असी तो सिर्फ जे कही दा कोई कहता उन्होंने कहा भी समझौता कराओ क्यों ये लड़ाई पढ़ाई कोई चीज़ा नहीं पाया जोड़े बंदे लड़ते हैं ज झगड़ा करते हैं वो हमेशा ही पिछे जाते कोई तरक्की नहीं करते तरक्की वो करते जो बंदे साइलेंट तौर पर आपका काम करी जाते हैं जो लड़ाई झगड़े रेंगे वो हमेशा कभी तरक्की नहीं करते। PPP भी रहे हो और किनू अपना गुरु मानते हो मनप्रीत बादल मैं तो गुरु मनूंगा के सही गल कैप्टन अमरिंदर सिंह क्योंकि कैप्टन अमरिंदर की सोच में अज आप ने अडोप्ट किया तो सू कैप्टन अमरिंदर सिंह ने टिकट दे के सू पार्टी टिकट दवाई उन्होंने साढ़े पार्टी प्रेजिडेंट से असी MLA बने जाके सू मौका दिता असी उन्होंने जी आन शान बरकरार रखी कैप्टन अमरिंदर सिंह जी। और देश विदेश बैठे पंजाबियों को की मैसेज देना चाहोगे की कहना चाहोगे अपने हल्के बारे या पंजाब बारे अगले 5 साल किवें तरक्की करोगे। मैं देश जे बाहर साढ़े कनेडा च बैठे ने जां अमरीका च बैठे मैं भाई उ कहना भी इत्थे जरूर पंजाब अपने जे चाहे कोई हरियाणे का निवासी हो चाहे पंजाब का अपनी कंट्री जरूर स्टेट गेड़ा मारिया करो क्योंकि सही मायने जिहड़ी थोड़ी मदद है जां उह साढ़े इत्थे आ के करदे ने कई साढ़े NRI भरा ने उह इत्थे आ के कई पिंड अडोप्ट किए ने वह मेडिकल लोगों का इलाज करते हैं ज पिंड कई बार पैसा नहीं होंदा वह भी अपने तौर पर चाहे कोई हॉस्पिटल है दूजा कोई भी मतलब डिवेलपमेंट के काम ने वो साढ़े वो इतने करते सूँ बड़ा वधिया लगता उन्होंने मैं अपने कनेडा के निवासियों के दूजे अपना जिते भी बैठे ने साडे भरा उन्होंने बेनती करा कि आपके पिंड जरूर आया करो ता कि थोड़ी भी सूँ बहुत लोड़ है क्योंकि जे तुम आओगे साडा पंजाब होर वाग वाग होगा तो हरा भरा रहेगा। थैंक यू बहुत धन्यवाद। थैंक यू ये सन गुरप्रीत सिंह जी पी उन्होंने कहना है कि यंगस्टर ने उन्होंने मौका मिलया बस्सी पठाना रिप्रजेंट करने का और उन्होंने कहना कि बड़े व्डे प्रोजेक्ट लैके आएंगे नौकरियां लैके आएंगे और खासकर जोड़े गरीब लोग है उन्होंने जी जिंदगी उन्होंने सुधार करना चाहेंगे और उन्होंने यह भी कहना कि सरकार जो लोगों के काम पूरे करती रहेगी तो यकीन अगे सरकार होर भी मौके मिलने और उम्मीद करते हैं कि जोड़ा इन्हों का हल्का बस्सी पठाना है उस हल्के की सेवा करते रहेंगे और लोगों की जिंदगी यकीन चेंज ले आएंगे।